सत श्री अकाल जी, मैं हैप्पी सिंगला, तुसी जुड़ चुके हो पीवी न्यूज़ नाल। गल करते हाँ सिरसा जिले के पिंड दादू की, जिथे पिंड के अंदर रोस चल रहा है इस चीज़ नू लैके कि संत दादूवाल ने विजय सांपला नू पिंड दे विच बुलाया ते पिंड का माहौल खराब किया। दूसरे तरफ दादूवाल ते कुछ आरोप भी लग रहे ने। ओ आरोप की है, किन्ना दी जमीन ते कब्जा किया गया है, किस तरीके दे नाल कब्जा किया गया है, विस्तार पूर्वक पूरी जानकारी दे रहे हाँ दादू पिंड तो साडे सीनियर रिपोर्टर सवराज सिंह दी विशेष रिपोर्ट। हाँ जी, सताल जी। सताल जी, की नाम है ते केड़ा पिंड? हाँ जी, मेरा नाम गुरप्रीत कौर है जी। मैं कालावाली दी कुड़ी हाँ जी, रामा मंडी ब्याही हैं। तकरीबन मेरी मैरिज नूं 24 साल हो गए जी। तो असी दो भैणां ही हैं जी, एक मालू ब्याही है, मैं रामा मंडी ब्याही हाँ जी। साड़ी जिहड़ी कालावाली पिंड दी जमीन है जी 33 कनाला, वह इन्हे बलजीत ने मेरी माँ नूं बरगला के, जां मैनूं नहीं पता किवें आपदे चंगुल च फसाई है, इसने आपदे नां करवा ली जी। हुण इस टाइम साढ़े कोल 10 कनाला ही जमीन है जी। ठीक है, असी दादू पिंड दी ते कालावाली पिंड दे बहुत साढ़े आपदे चाचे ताए की होर पिंड दे बंदे की इसनूं समझा चुके, बहुत बार इहदे कोले आ चुके, पर इन्हें अज तक किसी नूं न्याय नहीं दिता जी। तुसीं कदे आपदी माता नूं मिलने की कोशिश नहीं की? हाँ जी, मेरी माता नूं मिले जी, असी दो बार तो मिले, पर जदों मिलन आउंदे सी मतलब इन्हें आपदे बंदे जो इहदी निगरानी ते रखे आ माता जी, ते साढ़े आले दुआले मतलब फिरदे रहिंदे, जदों भी असी कोई गलबात करन दी कोशिश करदे जी। उस तो बाद जदों साडा डेली इत्थे साडी माता नूं मिलन दा जां गलबात करन दा भी तूं क्यों मतलब इस इंसान नूं जमीन किवें लवाई जां गलबात पुछण दी कोशिश हुंदी, ਤਾਂ ਮਤਲਬ ਇਹ ਸਾਡੇ ਨਾਲ ਇੱਕ ਸਿੱਧਾ ਹੋ ਗਿਆ ਜੀ ਕੁਛ ਦਿਨ ਬਾਅਦ, ਵੀ ਕਹਿੰਦਾ ਵੀ ਤੁਹਾਡੇ ਡੇਲੀ ਇੱਥੇ ਆਉਣ ਦਾ ਗੁਰਦੁਆਰੇ ਕੋਈ ਕੰਮ ਨਹੀਂ ਗਾ। ਠੀਕ ਹੈ ਜੀ, ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਹਾਂ ਜੀ, ਸਾਡੀ ਜਿਹੜੀ ਮਾਤਾ ਜੀ ਹੈ ਇਹਦੀ ਕਸਟਡੀ 'ਚੋਂ, ਇੱਕ ਤਰ੍ਹਾਂ ਨਾਲ ਕਸਟਡੀ 'ਚ ਹੀ ਹੈ ਜੀ, ਇਹ ਨਹੀਂ ਆਖ ਸਕਦੇ ਉਹ 'ਚੋਂ ਬਾਹਰ ਕਢਾਈ ਜਾਵੇ ਜੀ। ਹਾਂਜੀ, ਮੇਰੀ ਇਹ ਗੱਲ ਬਲਜੀਤ ਦਾਦੂਵਾਲ ਦੀ ਮੈਂ ਗੱਲ ਕਰ ਰਹੀ ਹਾਂ ਜੀ, ਜਿਹੜੇ ਅੱਜ ਆਪਦੇ ਆਪ ਨੂੰ ਵੱਡੇ ਸੰਤ ਮਹਾਤਮਾ ਕਹਾਉਂਦੇ ਆ ਅਤੇ ਕੁੜੀਆਂ ਦੀਆਂ ਸ਼ਾਦੀਆਂ ਦਾ ਮਤਲਬ ਕਹਿੰਦੇ ਆ ਕਰਦੇ ਆ। ਇੱਕ ਤਰਫ ਤਾਂ ਉਹ ਕਹਿੰਦੇ ਆ ਕਿ ਅਸੀਂ ਕੁੜੀਆਂ ਦੇ ਵਿਆਹ ਕਰਦੇ ਹਾਂ, ਪੁੰਨ ਧਰਮ ਕਰਦੇ ਹਾਂ, ਪਰ ਉਹਨਾਂ ਦਾ ਇਹ ਤੁਸੀਂ ਸਾਰੇ ਲੋਕ ਦੂਜਾ ਰੂਪ ਵੀ ਦੇਖੋ ਕਿ ਉਹ ਦੋ ਕੁੜੀਆਂ ਦੇ ਮਤਲਬ ਰੋਟੀ ਖੋ ਰਹੇ ਆ, ਜਿਹੜੀ ਉਹਨਾਂ ਦੀ ਇਹੀ ਰੋਜੀ ਰੋਟੀ ਹੈ, ਅਤੇ ਉਹ ਜਿੱਥੇ ਉਹਨਾਂ ਨੂੰ ਵਿਆਹਿਆ ਗਿਆ ਉਹ ਤੋਂ ਵੀ ਪਤਾ ਕਰੋ ਉਹਨਾਂ ਕੋਲ ਕੋਈ ਇੰਨੀ ਜ਼ਮੀਨ ਜਾਇਦਾਦ ਹੈ ਨਹੀਂ ਜੀ। ਸੱਚਾਈ ਇਹੀ ਹੈ, ਸਾਡੀ ਇਹੀ ਜਿਹੜੀ 33 ਕਨਾਲਾ ਜ਼ਮੀਨ ਸੀ, ਇਹੀ ਸਾਡਾ ਭੈਣ ਭਰਾ ਮਾਂ ਪਿਓ ਇਹੀ ਸੀ ਜੀ। ਸਾਡੀ ਮਾਤਾ ਨੂੰ ਇਹਨੇ ਸਾਨੂੰ ਨਹੀਂ ਪਤਾ ਕਿਵੇਂ ਵਰਗਲਾਇਆ ਜਾਂ ਕੀ ਉਹ ਇਹਨੇ ਕੁਛ ਬੰਦੇ ਮਗਰ ਲਾਇਆ ਜਾਂ ਕਿਵੇਂ ਨਾ ਕਰਵਾਈ ਹੈ ਜੀ, ਇਹਨੇ ਜੋ ਗਲਤ ਕੰਮ ਕਰਿਆ। ਠੀਕ ਹੈ, ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਜੀ, ਇਹ ਬਲਜੀਤ ਦਾਦੂ ਵਾਲੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੀ ਜਾਵੇ। ਜੇ ਪ੍ਰਸ਼ਾਸਨ ਸਾਡੀ ਗੱਲ ਦੀ ਕੋਈ ਸੁਣਾਈ ਕਰਦਾ ਹੈ ਤਾਂ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਾਂਗੇ। ਹਾਂ, ਬਲਜੀਤ ਸਿੰਘ ਦਾਦੂਵਾਲ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਦੇਖੋ ਜੀ, ਅੱਜ ਜਿਹੜਾ ਮਤਲਬ ਵੀ ਆਪਣੇ ਦਾਦੂਵਾਲ ਦਾ ਵਿਰੋਧ ਹੋਇਆ ਸੀ 5-4 ਦਿਨ ਪਹਿਲਾਂ, ਅੱਜ ਦਾਦੂ ਪਿੰਡ ਦੇ ਵਿੱਚ ਗੁਰੂ ਘਰ 'ਚ ਮੀਟਿੰਗ ਹੋਈ ਸੀ। ਜਿਵੇਂ ਉਹ ਕਹਿ ਰਿਹਾ ਹੈਗਾ ਮਤਲਬ ਵੀਡੀਓ 'ਚ ਬਿਆਨ ਦੇ ਰਿਹਾ ਹੈਗਾ ਵੀ ਉਹ ਫਲਾਣੇ ਫਲਾਣੇ ਦਲਾਂ ਦੇ ਆਦਮੀ ਸੀ, ਜਿਹੜਾ ਵਿਰੋਧ ਕਰ ਰਹੇ ਕਿਸਾਨ ਨਹੀਂ ਸੀ। ਕਿਸਾਨ ਕਿਉਂ ਨਹੀਂ ਸੀ? ਸਾਡੇ ਨਾਲ ਦੇ ਕਿਸਾਨਾਂ ਦੇ, ਮੈਂ ਹਰਿਆਣਾ ਕਿਸਾਨ ਜਥੇਬੰਦੀ ਦਾ ਉਪ ਪ੍ਰਦੇਸ਼ ਅਧਿਅਕਸ਼ ਹਾਂ ਬਾਬਾ ਗੁਰਦੀਪ ਸਿੰਘ ਝਿੜੀ, ਸਾਡੇ ਨਾਲ ਦੇ ਬੰਦਿਆਂ ਦੇ ਵੀ ਵਿੱਚ ਨਾਂ ਆ ਰਹੇ ਨਾ ਮਤਲਬ ਪਰਚਿਆਂ ਦੇ, ਸਾਰੇ ਕਿਸਾਨ ਸੀ। ਜਿਹੜਾ ਕੋਈ ਵੀ ਮੰਨ ਕੇ ਚੱਲੋ ਇਹ ਜਿਹਾ ਬਲਜੀਤ ਸਿੰਘ ਦਾਦੂ ਵਰਗਾ ਕੋਈ ਵੀ ਇਹ ਜਿਹਾ ਪਰਾਲਾ ਬੀਜੇਪੀ ਨੂੰ ਮਤਲਬ ਮਾੜਾ ਜਿਹਾ ਇੱਕ ਗੁਰੂ ਘਰ ਦੇ ਵਿੱਚ ਅੱਡਾ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹਦਾ ਵਿਰੋਧ ਕਰਦੇ ਰਹਾਂਗੇ, ਕਰਦੇ ਰਹੇ ਹਾਂ। ਦੂਜੀ ਗੱਲ ਜਿਵੇਂ ਆਪਣੀਆਂ ਭੈਣ ਜੀ ਕਾਲਿਆਂ ਦੀ ਤੂੰ ਦੱਸਦੀ ਹੈਗੀ ਵੀ ਇਹਨਾਂ ਦਾ ਜ਼ਮੀਨ ਦਾ ਕੋਈ ਮੈਟਰ ਹੈ, ਇਹਨਾਂ ਦੀ ਮਾਤਾ ਜੀ ਦੀ ਜ਼ਮੀਨ ਉਹਨਾਂ ਨੇ 33 ਕਨਾਲਾਂ ਜ਼ਮੀਨ ਨਾ ਲਵਾ ਲਈ, ਉਹ ਬਹੁਤ ਮਾੜੀ ਗੱਲ ਹੈ ਇਹਨਾਂ ਵਾਸਤੇ, ਹੈਗਾ ਇਹ ਚਾਹੀਦਾ ਨੀਗਾ। ਜਿਵੇਂ ਕਿ ਇਹ 33 ਕਨਾਲਾਂ ਜ਼ਮੀਨ ਲਵਾਈ ਹੈ, ਇਹਨਾਂ ਬੱਚੀਆਂ ਦੇ ਨਾਂ ਜ਼ਮੀਨ ਜਾਣੀ ਸੀ ਉਹ ਜਿਹੜੀ ਇਹ ਬੰਦਾ ਇੱਕ ਜ਼ਮੀਨ ਨਾ ਕਰਵਾ ਗਿਆ। ਅਸੀਂ ਤਾਂ ਇਹਨਾਂ ਨੂੰ ਅੱਜ ਵੀ ਕਹਿੰਦੇ ਹਾਂ, ਕਹਿੰਦੇ ਵੀ ਹਾਂ ਅਤੇ ਇਹਨਾਂ ਦੇ ਨਾਲ ਵੀ ਖੜੇ ਹਾਂ ਵੀ ਜਦੋਂ ਵੀ ਸਾਡੇ ਕੋਲ ਤੁਸੀਂ ਆਓਗੇ ਅਸੀਂ ਤੁਹਾਡੇ ਨਾਲ ਤਿਆਰ ਹਾਂ, SP ਨੂੰ ਮਿਲਾਂਗੇ। ਪਹਿਲਾਂ ਤਾਂ ਜਿਹੜੀ ਆਪਣੀ ਮਾਤਾ ਜੀ ਇਹਨੇ ਇੱਕ ਮਤਲਬ ਆਪਦੀ ਕਾਬੂ ਕਰ ਰੱਖੀ ਹੈ, ਪਹਿਲਾਂ ਤਾਂ ਆਪਣੀ ਮਾਤਾ ਜੀ ਛੜ ਗਈ, ਫਿਰ ਜਿਹੜੀ ਬਣਦੀ ਕਾਰਵਾਈ ਹੈ ਇਹਤੋਂ ਜ਼ਮੀਨ ਵੀ ਵਾਪਸ ਲੈਣ ਦੀ ਆਪਾਂ ਕਾਰਵਾਈ ਇਹ 'ਤੇ ਕਰਾਂਗੇ, ਇਹਨਾਂ ਦੇ ਨਾਲ ਖੜਾਂਗੇ। ਅਤੇ ਇਹਨਾਂ ਦੇ ਨਾਲ ਕੀ ਜਿਹੜਾ ਕੋਈ ਹੋਰ ਵੀ ਕਿਸੇ 'ਤੇ ਕੋਈ ਇਹੋ ਜਿਹੀ ਕਾਰਵਾਈ ਕੋਈ ਕਰਦਾ ਹੈਗਾ ਘਟੀਆ, ਉਹਨਾਂ ਦੇ ਨਾਲ ਖੜਾਂਗੇ, ਕਿਉਂਕਿ ਅੱਜ ਸਾਡਾ ਫਰਜ਼ ਬਣਦਾ ਸਾਡੇ ਕਿਸੇ ਵੀ ਕਿਸਾਨ ਭਰਾ 'ਤੇ, ਕਿਸੇ ਵੀ ਮਜ਼ਦੂਰ 'ਤੇ, ਵਪਾਰੀ 'ਤੇ ਇਹੋ ਜਿਹਾ ਕੋਈ ਵਾਧਾ ਕੋਈ ਕਰਦਾ ਹੈਗਾ ਉਹ 'ਤੇ ਨਹੀਂ ਹੋਣ ਦੇਵਾਂਗੇ, ਡਟ ਕੇ ਮਦਦ ਕਰਾਂਗੇ। ਸਾਡੀ ਜਥੇਬੰਦੀ ਨੂੰ
मतलब अज भी विश्वास कल भी दवाने जो सू मिले असं इन्हों के नाल जाके डीसी मिला एस पी मिलेंगे एस पी तो मिल के तुरंत माता जी को पहले इन्हों को छुड़वा के इन्हों को लियावे फिर उस जमीन की कार्रवाई भी वो शुरू करा जमीन भी वापस करा।